ਨਿਰਮਲ ਸਿੰਘ ਮਾਨ ਦਾ ਨਾਵਲ ਭੂਤਾਂ ਵਾਲੀ ਹਵੇਲੀ ਦਾ 17ਵਾਂ ਅੰਕ ਪਿਛਲੇ ਦਿਨ ਦੀ ਗੁਰਮੀਤ ਨਾਲ ਹੋਈ ਵਾਰਤਾ ਲਾਪ ਦਾ ਹਾਲੇ ਵੀ ਪ੍ਰਵੀਨ ਦੇ ਦਿਲ ਤੇ ਅਸਰ ਹੋਣ ਕਰਕੇ ਉਹਦਾ ਮਨ ਅੱਜ ਵੀ ਪੜਾਈ 'ਚ ਨਾ ਲੱਗਾ ਰਾਤ ਵੀ ਉਹਨੇ ਬੇਚੈਨੀ ਨਾਲ ਹੀ ਕੱਢੀ ਉਹ ਗੁਰਮੀਤ ਬਾਰੇ ਬਾਰ-ਬਾਰ ਸੋਚਦੀ ਉਹਦੀਆਂ ਕਈਆਂ ਹੋਈਆਂ ਗੱਲਾਂ ਮੁੜ-ਮੁੜ ਉਹਦੇ ਦਿਮਾਗ 'ਚ ਘੁੰਮਦੀਆਂ ਉਹਦੇ ਉਦਾਸ ਚਿਹਰੇ ਨੂੰ ਵੇਖ ਕੇ ਕਮਰੇ ਦੇ ਦੂਜੇ ਪਾਸੇ ਬੈਠੇ ਗੁਰਮੀਤ ਦੇ ਦਿਲ 'ਚ ਖੁਸ਼ੀ ਜਿਹੀ ਹੋਣ ਲੱਗੀ ਉਹਦੇ ਲਾਗੇ ਬੈਠੀਆਂ ਸਹੇਲੀਆਂ ਕੋਲੋਂ ਵੀ ਉਹਦੀ ਹਾਲਤ ਗੁੱਝੀ ਨਾ ਰਹੀ ਕਿਸੇ ਦੀ ਵੀ ਇੰਨੀ ਹਿੰਮਤ ਨਾ ਪਈ ਜੋ ਉਹਦੀ ਇਸ ਹਾਲਤ ਬਾਰੇ ਪੁੱਛ ਪੜਤਾਲ ਕਰੇ ਲੰਚ ਟਾਈਮ ਹੋਣ ਤੇ ਉਹਨੇ ਸ਼ੁਕਰ ਮਨਾਇਆ ਤੇ ਉਹ ਆਪਣੀ ਇੱਕ ਸਹੇਲੀ ਨਾਲ ਕੈਂਟੀਨ 'ਚ ਚਲੀ ਗਈ ਚਾਹ ਦੀਆਂ ਪਿਆਲੀਆਂ ਲੈ ਕੇ ਹੋਈ ਇੱਕ ਮੇਜ਼ ਤੇ ਬੈਠ ਗਈਆਂ ਪ੍ਰਵੀਨ ਨੇ ਹਾਲਾਂਕਿ ਚਾਹ ਦਾ ਕੱਪ ਮੁਕਾਇਆ ਨਹੀਂ ਸੀ ਜਦੋਂ ਸੋਮਾ ਉਹਦੇ ਕੋਲ ਆ ਕੇ ਖਾਲੀ ਕੁਰਸੀ ਤੇ ਆ ਕੇ ਬੈਠ ਗਈ ਕਹਿਣ ਲੱਗੀ ਪ੍ਰਵੀਨ ਤੈਨੂੰ ਕੁਝ ਪਤਾ ਹੈ ਨਹੀਂ ਕਿ ਤੁਹਾਡੀ ਜਿਹੜੀ ਹਵੇਲੀ ਹੈ ਉੱਥੇ ਪ੍ਰੇਮ ਭਾਜੀ ਰਹਿੰਦੇ ਹਨ ਕੀ ਹੋਇਆ ਉੱਥੇ? ਪ੍ਰਵੀਨ ਨੇ ਜ਼ਰਾ ਕਾਲੀ ਪੰਨੇ ਆ ਪੁੱਛਿਆ। ਰਾਤੀ ਕਹਿੰਦੇ ਨੇ ਉੱਥੇ ਭੂਤਾਂ ਦਾ ਪੈਰਾ ਸੀ। ਤੈਨੂੰ ਕਿਵੇਂ ਪਤਾ ਲੱਗਾ? ਪ੍ਰਵੀਨ ਦੇ ਚਿਹਰੇ ਤੇ ਪਲਤਨ ਉੱਗੜ ਆਈ। ਕਹਿੰਦੇ ਰਾਤੀ ਹਵੇਲੀ ਚੋਂ ਬੜੀਆਂ ਅਜੀਬ ਜਿਹੀ ਆਵਾਜ਼ਾਂ ਆਉਂਦੀਆਂ ਸੀ। ਸਾਡੇ ਤਾਂ ਸਾਰੇ ਮੱਲੇ ਦੀਆਂ ਤੀਵੀਆਂ ਗੱਲਾਂ ਕਰਦੀਆਂ ਸੀ ਸਵੇਰੇ। ਪ੍ਰਵੀਨ ਇੱਕਦਮ ਉੱਠ ਕੇ ਖੜੋ ਗਈ। ਉਹਨੂੰ ਬਾਕੀ ਚਾਹ ਪੀਣ ਦਾ ਤਾਂ ਚੇਤਾ ਹੀ ਭੁੱਲ ਗਿਆ। ਇੱਥੋਂ ਤੱਕ ਕਿ ਉਹਦੇ ਦਿਮਾਗ ਚੋਂ ਬੀਤੇ ਕੱਲ੍ਹ ਦੀਆਂ ਗੱਲਾਂ ਵੀ ਸਾਰੀਆਂ ਲੁਪ ਹੋ ਗਈਆਂ। ਉਸ ਸਮਾਰਾ ਨੂੰ ਇਹ ਕਹਿ ਕੇ ਕਾਲੀ ਕਾਲੀ ਕੈਂਟੀਨ ਚੋਂ ਨਿਕਲ ਗਈ ਮੈਨੂੰ ਕਿਸੇ ਜ਼ਰੂਰੀ ਗੱਲ ਦਾ ਚੇਤਾ ਆ ਗਿਆ ਮਾਫ ਕਰਨਾ ਮੈਂ ਫੇਰ ਦੱਸਾਂਗੀ ਕੈਂਟੀਨ ਚੋਂ ਨਿਕਲ ਕੇ ਉਹ ਸਦੀ ਰਾਮ ਤੀਰ ਧੁਰਾਂ ਦੇ ਕਮਰੇ ਵੱਲ ਟੁਰ ਗਈ ਉਹਨੂੰ ਪਤਾ ਸੀ ਵੀ ਅੱਜ ਕੱਲ ਉਹ ਦੋਵੇਂ ਘਟਵਾਦੀ ਕਾਲਜ ਆਉਂਦੇ ਆ ਫਿਰ ਵੀ ਉਹਨੂੰ ਆਸ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਮਿਲ ਹੀ ਪੈਣ ਉਹਨੇ ਦੋ ਚੱਕਰ ਸਾਰੇ ਕਾਲਜ ਦੇ ਲਾਏ ਪਰ ਉਹਨਾਂ ਦੋਹਾਂ ਚੋਂ ਕੋਈ ਵੀ ਕਿਦਰੇ ਨਾ ਦੱਸਿਆ ਅਖੀਰ ਉਹ ਆਪਣੇ ਪ੍ਰੋਫੈਸਰ ਨੂੰ ਦੱਸ ਕੇ ਕਾਲਜ ਤੋਂ ਬਾਹਰ ਨਿਕਲ ਆਈ ਕਿਸੇ ਰਿਕਸ਼ਾ ਵਾਲੇ ਦੀ ਉਡੀਕ ਕਰਨ ਲੱਗੀ ਉਦੀ ਨਜ਼ਰ ਅਚਾਨਕ 라ਵਲ ਤੇ ਪਈ ਜੋ ਕਾਲਜ ਵੱਲ ਤੁਰਿਆ ਆ ਰਿਹਾ ਸੀ ਪ੍ਰਵੀਨ ਨੇ ਉਹਦੇ ਪੁੱਜਣ ਦੀ ਉਡੀਕ ਵੀ ਕਰਨੀ ਕਠਿਨ ਸਮਝੀ ਉਹ ਕਾਲੀ ਕਾਲੀ ਉਹਦੇ ਵੱਲ ਤੁਰ ਪਈ 라ਵਲ ਨੇ ਜਦੋਂ ਪ੍ਰਵੀਨ ਆਪਣੇ ਵੱਲ ਆਉਂਦੀ ਦੇਖੀ ਹੈਰਾਨਜਹਿ ਹੋ ਗਿਆ ਅੱਗੇ ਕਦੇ ਪ੍ਰਵੀਨ ਨੇ ਉਸ ਨਾਲ ਉਸ ਵਾਲੇ ਨੇ ਧਿਆਨ ਨਾਲ ਨਹੀਂ ਸੀ ਧੱਕਿਆ ਤੇ ਅੱਜ ਉਹ ਸਿੱਧੀ ਉਸ ਵੱਲ ਆ ਰਹੀ ਸੀ ਆਖਰ ਕੀ ਗੱਲ ਹੈ ਲਾਗੇ ਜਾ ਕੇ ਪ੍ਰਵੀਨ ਨੇ ਸੱਸੀ ਕਾਲ ਬੁਲਾਈ ਜਿਹਦਾ ਉੱਤਰ ਬੜੀ ਉਤਸੁਕਤਾ ਨਾਲ 라ਵਲ ਨੇ ਦਿੱਤਾ ਅੱਗੇ ਤਾਂ ਹਮੇਸ਼ਾ ਉਹ ਹੀ ਪਹਿਲਾਂ ਬੁਲਾਇਆ ਕਰਦੇ ਸੀ ਤੁਸੀਂ ਅੱਜ ਇਕੱਲੇ ਆਉਂਦੇ ਹੋ ਸਾਥੀ ਕਿੱਧਰ ਗਿਆ ਗੱਲ ਤੋੜਨ ਲਈ ਪ੍ਰਵੀਨ ਨੇ ਕਿਹਾ ਉਹ ਰਾਮਪੀਰ ਅਥੂ ਅੱਜ ਸਵੇਰੇ ਪਿੰਡ ਨੂੰ ਚਲਾ ਗਿਆ ਸ਼ਾਇਦ 1-2 ਦਿਨਾਂ ਤੱਕ ਵਾਪਸ ਆਵੇ ravel ਨੇ ਜਰਾ ਹੱਸਣ ਦਾ ਯਤਨ ਕਰਦਿਆਂ ਕਿਹਾ ਕੱਲ ਫੰਕਸ਼ਨ ਮੁੱਕਣ ਤੇ ਸਾਗਰ ਤੁਹਾਡੇ ਨਾਲ ਗਿਆ ਸੀ ਹਾਂਜੀ ਉਹ ਉਹ ਕੀ ਗਿਆ ਸੀ ਅਸੀਂ ਉਹਨੂੰ ਆਪਣੇ ਨਾਲ ਲੈ ਗਏ ਸੀ ਕੀ ਉਹ ਰਾਤ ਤੁਹਾਡੇ ਨਾਲ ਰਿਹਾ ਨਹੀਂ ਉਹ ਰਾਤੀ ਚਲਾ ਗਿਆ ਸੀ ਕਹਿੰਦਾ ਸੀ ਉਹਨੇ ਹਵੇਲੀ ਜ਼ਰੂਰ ਪੁੱਜਣਾ ਪਰ ਤੁਸੀਂ ਕਹਿੰਦੇ ਸੀ ਰਾਤ ਨੂੰ ਤੁਹਾਡੇ ਕੋਲ ਹੀ ਰਹੇਗਾ ਗੁੱਸੇ ਤੇ ਡਰ ਦੀ ਮਿਲਵੀਂ ਆਵਾਜ਼ 'ਚ ਪ੍ਰਵੀਨ ਨੇ ਕਿਹਾ ਬਿਨਾ ਕੁਝ ਕਹੇ ਉਹ ਕਾਲੀ ਕਾਲੀ ਸੜਕ ਪਾਰ ਕਰ ਗਈ ਖਾਲੀ ਰਿਕਸ਼ਾ ਵਾਲੇ ਨੂੰ ਆਵਾਜ਼ ਮਾਰ ਕੇ ਉਹਦੇ ਰਿਕਸ਼ੇ ਤੇ ਸਵਾਰ ਹੋ ਕੇ ਰਿਕਸ਼ੇ ਵਾਲੇ ਨੂੰ ਘਰ ਵੱਲ ਜਾਣ ਲਈ ਕਿਹਾ ਰਾਵਲ ਉਹਨੂੰ ਕਿੰਨਾ ਚਿਰ ਪਿੱਛੋਂ ਦੇਖਦਾ ਰਿਹਾ ਉਹਦੇ ਕੁਝ ਹੱਥ ਪੱਲੇ ਨਾ ਪਿਆ ਵੀ ਆਖਰ ਗੱਲ ਕੀ ਹੈ ਕਿਉਂ ਪ੍ਰਵੀਨ ਦਾ ਮੂੰਹ ਇੰਨਾ ਉੱਡਿਆ ਹੋਇਆ ਹੈ ਆਖਰ ਕੀ ਹਨੇਰਾ ਗਿਆ ਜਿਸ ਸਾਗਰ ਸਾਡੇ ਕੋਲ ਰਾਤ ਨਹੀਂ ਰਿਹਾ ਅੱਗੇ ਕਿਹੜਾ ਉਹ ਰੋਜ ਸਾਡੇ ਕੋਲ ਹੀ ਰਹਿੰਦਾ ਜਕੋ ਤੱਕ ਵਿੱਚ ਰਾਵਲ ਕਾਲਜ ਵੱਲ ਤੁਰ ਪਿਆ ਰਿਕਸ਼ਾ ਪ੍ਰਵੀਨ ਹੋਰਾਂ ਦੀ ਕੋਠੀ ਅੱਗੇ ਰੁਕ ਗਿਆ ਕਾਲੀ ਨਾਲ ਪ੍ਰਵੀਨ ਰਿਕਸ਼ਾ 'ਚ ਉਤਰੀ 2 ਰੁਪਏ ਦਾ ਨੋਟ ਜੋ ਪਹਿਲਾਂ ਹੀ ਹੱਥ ਫੜਿਆ ਸੀ ਰਿਕਸ਼ਾ ਵਾਲੇ ਦੇ ਹੱਥ 'ਚ ਥੰਨ ਦਿੱਤਾ ਤੇ ਬਿਨਾਂ ਕੁਝ ਕਹੇ ਕੋਠੀ 'ਚ ਚਲੀ ਗਈ ਕਿਤਾਬਾਂ ਉਹਨੇ ਬਰਾਂਡੇ 'ਚ ਪਈ ਕੁਰਸੀ ਤੇ ਸੁੱਟਤੀਆਂ ਬੂਆ ਖੋਲ ਕੇ ਉੱਚੀ ਆਵਾਜ਼ 'ਚ ਆਪਣੇ ਬੀਜੀ ਨੂੰ ਪੁੱਛਣ ਲੱਗੀ ਭਾਜੀ ਆ ਗਏ ਆ ਜਾਂ ਨਹੀਂ ਜਿਹਦਾ ਉੱਤਰ ਗੁਰਚਰਨ ਕੌਰ ਨੇ ਡਰਾਈਂਗ ਰੂਮ 'ਚੋਂ ਨਿਕਲਦੀ ਨੇ ਨਾਂਚ ਦਿੱਤਾ ਗੁਰਚਰਨ ਕੌਰ ਨੇ ਜਦੋਂ ਪਰਵੀਨ ਦਾ ਉੱਡਿਆ ਮੂੰਹ ਦੇਖਿਆ ਤਾਂ ਚਿੰਤਾ ਨਾਲ ਪੁੱਛਣ ਲੱਗੀ ਕੀ ਗੱਲ ਹੈ ਤੂੰ ਇੰਨੀ ਘਬराई ਕਿਉਂ ਹੈ ਕੁਛ ਨਹੀਂ ਬੀਜੀ ਮੈਂ ਹਵੇਲੀ ਚੱਲੀ ਆ ਇੰਨਾ ਹੀ ਕਹਿ ਕੇ ਪਰਵੀਨ ਆਪਣੀ ਸਾਈਕਲ ਚੁੱਕ ਕੇ ਚਲੀ ਗਈ ਉਹਨੇ ਇਹ ਵੀ ਨਾ ਸੋਚਿਆ ਵੀ ਇਸ ਤਰ੍ਹਾਂ ਜਾਣ ਨਾਲ ਉਹਦੀ ਮਾਂ ਤੇ ਕੀ ਅਸਰ ਹੋਏਗਾ ਹਾਲਾਂਕਿ ਤਾਂ ਛੁੱਟੀ ਦਾ ਵੇਲਾ ਵੀ ਨਹੀਂ ਹੋਇਆ ਇੰਨੀ ਛੇਤੀ ਕਿਉਂ ਕਾਲਜ ਤੋਂ ਆ ਗਈ ਜੇ ਛੁੱਟੀ ਹੋ ਗਈ ਸੀ ਤਾਂ ਪੱਪੀ ਨੇ ਵੀ ਨਾਲ ਆਉਣਾ ਸੀ ਪਰਵੀਨ ਇੰਨਾ ਘਬराई ਹੋਈ ਕਿਉਂ ਸੀ ਰਾਤ ਵੀ ਉਹਨੇ ਰੋਟੀ ਨਹੀਂ ਖਾਧੀ ਸਵੇਰੇ ਵੀ ਕੱਪ ਜਾਦਾ ਪੀਕੇ ਕਾਲਜ ਚਲੇਗੀ ਗੁਰਸ਼ਰਨ ਕੋਰ ਦਾ ਹੌਕਾ ਨਿਕਲ ਗਿਆ ਉਹਨੇ ਪ੍ਰਵੀਨ ਦੀਆਂ ਕਿਤਾਬਾਂ ਕੁਰਸੀ ਤੋਂ ਚੁੱਕੀਆਂ ਤੇ ਅੰਦਰ ਲੈ ਗਈ ਹਵੇਲੀ ਪੁੱਜ ਕੇ ਜਦੋਂ ਪ੍ਰਵੀਨ ਨੇ ਦੇਖਿਆ ਬਾਹਰ ਦਾ ਹਾਲ ਦਾ ਦਰਵਾਜ਼ਾ ਬੰਦ ਸੀ ਦਰਵਾਜ਼ਾ ਖੋਲ ਕੇ ਹਾਲ ਚ ਗਈ ਉਹਦੇ ਸਰੀਰ ਨੂੰ ਕੰਬਾਜਾ ਛਿੜ ਗਿਆ ਸਾਗਰ ਹੋਰਾਂ ਦੇ ਕਮਰੇ ਦੀ ਬੱਤੀ ਜਗ ਰਹੀ ਸੀ ਜਦੋਂ ਉਹਨੇ ਸਾਗਰ ਦੇ ਮੰਜੇ ਵੱਲ ਤੱਕਿਆ ਜਾਣ ਕੇ ਉਹਦੀ ਕੁਝ ਜਾਨ ਚ ਜਾਨ ਆਈ ਵੀ ਸਾਗਰ ਆਖਰ ਇੱਥੇ ਹੀ ਹੈ ਜੇ ਸਾਗਰ ਰਾਤ ਨੂੰ ਡਰ ਕੇ ਕਿਧਰੇ ਚਲਾ ਜਾਂਦਾ ਤਾਂ ਇਹਦੀ ਜ਼ਿੰਮੇਵਾਰੀ ਪ੍ਰਵੀਨ ਤੋਂ ਸਿਵਾ ਹੋਰ ਕਿਸੇ ਤੇ ਨਹੀਂ ਸੀ ਆਉਣੀ 사ਗਰ ਆਪਣੇ ਬਿਸਤਰੇ 'ਚ ਗੁੱਛਾ-ਮੁੱਛਾ ਹੋਇਆ ਪਿਆ ਸੀ ਪ੍ਰਵੀਨ ਨੇ ਅੱਗੇ ਹੋ ਕੇ ਉਹਨੂੰ ਆਵਾਜ਼ ਮਾਰੀ ਅੱਗੋਂ ਕੋਈ ਉੱਤਰ ਨਾ ਮਿਲਿਆ ਪ੍ਰਵੀਨ ਨੇ 사ਗਰ ਨੂੰ ਹਿਲਾਇਆ ਫਿਰ ਵੀ ਕੋਈ ਹਿਲਜੁਲ ਨਾ ਹੋਈ ਪ੍ਰਵੀਨ ਦੀ ਘਬਰਾਹਟ ਫੇਰ ਵਧਣ ਲੱਗੀ ਉਹਨੇ ਰਜਾਈ 사ਗਰ ਦੇ ਮੂੰਹ ਤੋਂ ਲਾਹਤੀ ਜਦੋਂ ਉਹਦੀ ਨਿਗਾਹ 사ਗਰ ਦੇ ਅੰਗਿਆਰ ਵਾਂਗ ਤਪਦੇ ਲਾਲ ਮੂੰਹ ਤੇ ਪਈ ਤਾਂ ਉਹਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਪ੍ਰਵੀਨ ਨੇ 사ਗਰ ਦੇ ਮੱਥੇ ਨੂੰ ਹੱਥ ਲਾਇਆ ਪਤਾ ਲੱਗਾ 사ਗਰ ਬੁੱਤ बुखार 'ਚ ਬੇਸੁੱਦ ਪਿਆ। ਰਜਾਈ 'ਚੋਂ ਦਾ ਸਾਰਾ ਸਰੀਰ ਕੰਬ ਰਿਆ ਸੀ। ਪ੍ਰਵੀਨ ਦੇ ਹੱਥ ਪੈਰ ਫੁੱਲਣ ਲੱਗੇ ਉਹ ਕੀ ਕਰੇ? ਉਹਨੇ ਕਈ ਵਾਰ ਜਾਂ ਸਾਗਰ ਨੂੰ ਮਾਰੀਆਂ। ਉਹਦੇ ਹੱਥਾਂ ਦੀਆਂ ਤਲੀਆਂ ਨੂੰ ਮਲਿਆ। ਫਿਰ ਕਾਲੀ ਨਾਲ ਉੱਠ ਕੇ ਉਹਦੀ। ਉਹਨੇ ਪ੍ਰੇਮ ਦੀ ਰਜਾਈ ਚੁੱਕ ਕੇ ਸਾਗਰ ਤੇ ਦੇ ਦਿੱਤੀ ਪਰ ਉਹਦਾ ਕੰਬਾ ਫੇਰ ਵੀ ਨਾ ਹਟਿਆ। ਸਾਗਰ ਦੀਆਂ ਅੱਖਾਂ ਮੀਟੀਆਂ ਸਨ। ਸਾਗਰ ਦੀ ਇਹ ਅਵਸਥਾ ਵੇਖ ਕੇ ਪ੍ਰਵੀਨ ਦੀਆਂ ਅੱਖਾਂ 'ਚੋਂ ਅਥਰੂ ਨਿਕਲ ਆਏ। ਉਹਨੇ ਗੁੱਛਾ-ਮੁੱਛਾ ਹੋਏ ਸਾਗਰ ਨੂੰ ਆਪਣੇ ਕਲਾਵੇ 'ਚ ਲੈ ਲਿਆ। ਕੁਝ ਕੁਰਜਾਈਆਂ ਕਰਕੇ ਕੁਝ ਪ੍ਰਵੀਨ ਦੀਆਂ ਬਾਹਾਂ ਦੀ ਘੋਟ ਕਰਕੇ ਸਾਗਰ ਦਾ ਕੰਬਾ ਕੁਝ ਘਟ ਗਿਆ ਕੁਝ ਚਿਰ ਪ੍ਰਵੀਨ ਸਾਗਰ ਨੂੰ ਇਸੇ ਤਰ੍ਹਾਂ ਆਪਣੀਆਂ ਬਾਹਾਂ 'ਚ ਘੁੱਟ ਕੇ ਪਈ ਰਹੀ ਉਹਦੀਆਂ ਅੱਖਾਂ ਚੋਂ ਥਰੂ ਵਗ ਕੇ ਰਜਾਈ ਨੂੰ ਭਿਉਂਦੇ ਰਹੇ ਸਾਗਰ ਦੇ ਦੁੱਖ ਨਾਲ ਪਿੰਜੇ ਹੁੰਦੇ ਚਿਹਰੇ ਵੱਲ ਤੱਕਣ ਦੀ ਹਿੰਮਤ ਪ੍ਰਵੀਨ 'ਚ ਨਹੀਂ ਸੀ ਉਹਦੀਆਂ ਅੱਖਾਂ ਅੱਗੇ ਸਾਗਰ ਦੀ ਮਾਂ ਦਾ ਅੰਡੇਠਾ ਚਿੱਤਰ ਘੁੰਮਣ ਲੱਗਾ ਜੇ ਇਹਨੂੰ ਕੁਝ ਹੋ ਗਿਆ ਤੇ ਇਹਦੀ ਮਾਂ ਤੇ ਕੀ ਵਾਪਰੇਗੀ ਉਹਦੇ ਜੀਵਨ ਦਾ ਇੱਕੋ ਇੱਕ ਤਾਰਾ ਜਿਦੇ ਚਾਨਣੇ ਚੋਂ ਬਾਕੀ ਜੀਵਨ ਗੁਜ਼ਾਰਨ ਦੀ ਆਸ ਲਾਈ ਬੈਠੀ ਹੈ ਜੀ ਪੁੱਜ ਗਿਆ। ਇਹ ਸੋਚਦਿਆਂ ਉਹਦੀਆਂ ਅੱਖਾਂ 'ਗੇਹਰਾ ਪਸਰ ਗਿਆ। ਉਹਨੂੰ ਆਪਣੀ ਮਾਂ ਦੀ ਯਾਦ ਆਈ ਕਿਵੇਂ ਉਹਦੀ ਬੀਜੀ ਪ੍ਰੇਮ ਨੂੰ ਉਦਾਸ ਵੇਖ ਕੇ ਵਿਅਕਲ ਹੂਠਦੀ ਹੈ। ਜੇ ਕੁਛ ਦਿਨ ਪ੍ਰੇਮ ਘਰ ਨਹੀਂ ਜਾਂਦਾ ਕਿਵੇਂ ਉਹ ਤੜਫਦੀ ਹੈ। ਰੋਟੀ ਤੱਕ ਖਾਣ ਨੂੰ ਉਹਦਾ ਦਿਲ ਨਹੀਂ ਕਰਦਾ। ਸਾਗਰ ਤਾਂ ਆਪਣੀ ਮਾਂ ਦਾ ਇੱਕੋ ਹੀ ਕਾਸਰ ਹੈ। ਇਹ ਸਭ ਕਾਸੇ ਦੀ ਜ਼ਿੰਮੇਵਾਰੂ ਆਪ ਹੈ। ਹਾਏ ਮੈਂ ਕੀ ਕਰਾਂ? ਉਹਨੂੰ ਆਪਣੇ ਪਾਜੀ ਤੇ ਗੁੱਸਾ ਆਉਣ ਲੱਗਾ ਕਿਉਂਕਿ ਹੁਣ ਤੱਕ ਉਹ ਵਾਪਸ ਨਹੀਂ ਆਇਆ। ਜੋ ਇੱਥੇ ਹੁੰਦੇ ਤਾਂ ਕਿਸੇ ਡਾਕਟਰ ਡਾਕਟਰ ਦਾ ਖਿਆਲ ਆਉਂਦਾ ਹੀ ਪ੍ਰਵੀਨ ਝਟਪਟ ਉੱਠ ਖੜੀ ਹੋਈ ਉਹਨੇ ਆਪਣੇ ਅਥਰੂ ਪੁੰਝੇ ਇੱਕਦਮ ਕਮਰੇ ਚੋਂ ਬਾਹਰ ਚਲੀ ਗਈ ਲਗਭਗ ਅੱਧੇ ਘੰਟੇ ਵਿੱਚੋਂ ਪ੍ਰਵੀਨ ਡਾਕਟਰ ਨੂੰ ਨਾਲ ਲੈ ਕੇ ਸਾਗਰ ਦੇ ਕਮਰੇ ਚ ਪੁੱਜੀ ਉਹਨੇ ਦੇਖਿਆ ਸਾਗਰ ਬਿਲਕੁਲ ਉਸੇ ਤਰ੍ਹਾਂ ਪਿਆ ਹੈ ਜਿਵੇਂ ਉਹਨੂੰ ਛੱਡ ਕੇ ਗਈ ਸੀ ਡਾਕਟਰ ਨੇ ਬਿਨਾਂ ਇੱਕ ਸੈਕਿੰਡ ਗੁਆਏ ਸਾਗਰ ਸਾਗਰ ਨੂੰ ਦੇਖਣਾ ਸ਼ੁਰੂ ਕੀਤਾ ਉਹਦੇ ਟੈਂਪਰੇਚਰ ਲਈ ਨਬਜ਼ ਦੇਖੀ ਟੂਟੀਆਂ ਲਾ ਕੇ ਉਹਦੇ ਦਿਲ ਦੀ ਧੜਕਣ ਸੁਣੀ ਜਿਵੇਂ-ਜਿਵੇਂ ਡਾਕਟਰ ਸਾਗਰ ਦੇ ਦੁੱਖ ਦੀ ਪੜਤਾਲ ਕਰ ਰਿਹਾ ਸੀ ਉਹਦੇ ਚਿਹਰੇ ਦੀ ਬਦਲਦੀ ਰੰਗਤ ਨੂੰ ਵੇਖ ਕੇ ਪ੍ਰਵੀਨ ਦੇ ਦਿਲ ਨੂੰ ਡੋਬੂ ਪੈਣ ਲੱਗੇ ਡਾਕਟਰ ਨੇ ਪ੍ਰਵੀਨ ਨੂੰ ਪਾਣੀ ਲਿਆ ਕੇ ਠੰਡੇ ਪਾਣੀ ਦੀ ਪੱਟੀ ਉਹਦੇ ਮੱਥੇ ਤੇ ਰੱਖਣ ਨੂੰ ਕਿਹਾ ਤੇ ਆਪਟੀਕਾ ਤਿਆਰ ਕਰਨ ਲੱਗਾ ਡਾਕਟਰ ਨੇ ਹੋਰ ਕੋਈ ਗੱਲ ਪ੍ਰਵੀਨ ਨਾਲ ਨਾ ਕੀਤੀ ਜਿਸ ਤੋਂ ਸਪਸ਼ਟ ਸੀ ਕਿ ਸਾਗਰ ਦਾ ਦੁੱਖ ਅਸਾਧਾਰਨ ਹੈ ਪ੍ਰਵੀਨ ਨੇ ਝਟਪਟ ਪਾਣੀ ਲਿਆ ਕੇ ਤੌਲੀਆ ਭਿਓ ਕੇ ਉਹਦੇ ਮੱਥੇ ਤੇ ਰੱਖ ਦਿੱਤਾ ਪ੍ਰਵੀਨ ਦੇ ਹੱਥ ਕੰਬ ਰਹੇ ਸੀ ਡਾਕਟਰ ਨੇ ਟੀਕਾ ਲਾਇਆ ਉਹਦੀਆਂ ਅੱਖਾਂ ਦੀਆਂ ਪੁਤਲੀਆਂ ਨੂੰ ਪੁੱਟ ਕੇ ਦੇਖਿਆ ਟੀਕਾ ਲਾਉਣ ਤੋਂ ਕੋਈ 10 ਮਿੰਟ ਪਿਛੋਂ ਡਾਕਟਰ ਸਾਗਰ ਦੇ ਮੰਜੇ ਤੇ ਬੈਠਾ ਕਿਸੇ ਡੂੰਗੀ ਸੋਚ ਚ ਖੁੱਬਾਰਿਆ ਫੇਰ ਇੱਕ ਹੋਰ ਟੀਕਾ ਤਿਆਰ ਕਰਕੇ ਲਾਉਣ ਲੱਗਾ ਸੂਈ ਚੁੱਭਦਿਆਂ ਸਾਗਰ ਦੇ ਮੂੰਹੋਂ ਹੂੰਗਣ ਦੀ ਆਵਾਜ਼ ਆਈ ਟੀਕਾ ਲਾਉਣ ਪਿਛੋਂ ਫੇਰ ਡਾਕਟਰ ਟੂਕਟੀਆਂ ਲਾ ਕੇ ਉਹਦੇ ਦਿਲ ਦੀ ਆਵਾਜ਼ ਕਾਫੀ ਦੇਰ ਤੱਕ ਸੁਣਦਾ ਰਿਹਾ ਪ੍ਰਵੀਨ ਬਰਾਬਰ ਡਾਕਟਰ ਦੇ ਮੂੰਹ ਹਲ ਤੱਕ ਰਹੀ ਸੀ ਡਾਕਟਰ ਸਾਹਿਬ ਤੁਸੀਂ ਬੋਲਦੇ ਕਿਉਂ ਨਹੀਂ ਕਿ ਇਹਦੀ ਹਾਲਤ ਇੰਨੀ ਸੀਰੀਅਸ ਹੈ ਕਿ ਤੁਸੀਂ ਦੱਸਣੀ ਨਹੀਂ ਚਾਹੁੰਦੇ ਪਰਵੀਨ ਨੇ ਡਰੀ ਹੋਈ ਆਵਾਜ਼ ਚ ਪੁੱਛਿਆ ਪਰਵੀਨ ਬੋਲਣ ਵਾਲੀ ਕੋਈ ਗੱਲ ਨਹੀਂ ਬੁਖਾਰ ਇਹਨੂੰ 105 ਤੋਂ ਉੱਪਰ ਹੈ ਖੂਨ ਦਾ ਦੌਰਾ ਇਹਦੀਆਂ ਨਾੜਾਂ 'ਚ ਇੰਨਾ ਤੇਜ਼ ਹੈ ਕਿ ਕਦੇ ਵੀ ਇਹਦੀ ਕੋਈ ਨਾੜੀ ਫਟ ਸਕਦੀ ਹੈ ਦਿਲ ਦੀ ਹਾਲਤ ਵੀ ਕਾਫੀ ਹੱਦ ਤੱਕ ਅਸਥਿਰ ਹੈ ਮੈਂ ਕੁਝ ਕਹਿ ਨਹੀਂ ਸਕਦਾ ਜੇ ਇਸੇ ਹਾਲਤ 'ਚ ਕੁਝ ਘੰਟੇ ਹੋਰ ਰਹਿ ਜਾਂਦਾ ਇਹਦੇ ਬਚਣ ਦੀ ਕੋਈ ਆਸ ਨਹੀਂ ਸੀ ਕੀ ਇਹ ਠੀਕ ਹੋ ਜਾਣਗੇ ਡਾਕਟਰਸ ਪਰ ਵੀ ਇਹਨੂੰ ਜਾਪਿਆ ਉਹਦੇ ਅਥਰੂ ਡਾਕਟਰ ਦੇ ਸਾਹਮਣੇ ਨਿਕਲ ਆਉਣਗੇ ਉਹਨੇ ਆਪਣਾ ਮੂੰਹ ਦੂਜੇ ਪਾਸੇ ਪੁਆ ਲਿਆ ਇਹਦੇ ਬਚਣ ਦੀ ਆਸ 50 50 ਹੈ ਜੇ ਇਹਨੂੰ 24 ਘੰਟਿਆਂ ਦੇ ਅੰਦਰ ਹੁਸ਼ ਆ ਗਈ ਤਾਂ ਕਾਫੀ ਆਸ ਹੈ ਬਚ ਜਾਏਗਾ ਨਹੀਂ ਤਾਂ ਮੈਂ ਕਹਿ ਨਹੀਂ ਸਕਦਾ ਇਹੋ ਜੀ ਬਿਮਾਰੀ ਦੇ ਕੇਵਲ ਤਿੰਨ ਕਾਰਨ ਹੋ ਸਕਦੇ ਆ ਜਾਂ ਤਾਂ ਹੱਦੋਂ ਵੱਧ ਖੁਸ਼ੀ ਜਿਸ ਨਾਲ ਬੁਖਾਰ ਬਹੁਤ ਘੱਟ ਹਾਲਤਾਂ ਚ ਹੁੰਦਾ ਹੈ ਜਾਂ ਹੱਦੋਂ ਵੱਧ ਦੁੱਖ ਜਾਂ ਹੱਦੋਂ ਵੱਧ ਡਰ ਦਾ ਤੱਕਾ ਲੱਗਣਾ ਇਹੋ ਜੀ ਹਾਲਤ ਹੋ ਜਾਂਦੀ ਹੈ ਤੀਜੀ ਹਾਲਤ ਵਿੱਚ ਲਗਭਗ ਹਰ ਮਰੀਜ਼ ਨੂੰ ਬੁਖਾਰ ਹੋ ਜਾਂਦਾ ਹੈ ਕਿਸੇ ਬੰਦੇ ਦਾਇ ਦੇ ਕੋਲ ਰਹਿਣਾ ਬਹੁਤ ਜ਼ਰੂਰੀ ਹੈ ਜਦੋਂ ਵੀ ਇਹਨੂੰ ਹੋਸ਼ ਆਵੇ ਗਲੂਕੋਜ਼ ਤੇ ਪਾਣੀ ਤੋਂ ਸਿਵਾਏ ਇਹਨੂੰ ਹੋਰ ਕੁਝ ਨਹੀਂ ਦੇਣਾ ਹੋਰ ਕੋਈ ਦਵਾਈ ਜਦੋਂ ਪ੍ਰੇਮ ਸਿੰਘ ਆਵੇ ਉਹਨੂੰ ਮੇਰੇ ਘਰ ਭੇਜ ਭੇਜ ਦੇਣਾ ਦਵਾ ਲੈ ਆਏਗਾ ਇਹਨੂੰ ਦੋ ਦੋ ਘੰਟੇ ਪਿੱਛੇ ਦਿੰਦੇ ਰਹਿਣਾ ਮੈਂ ਸਵੇਰੇ ਫੇਰ ਆ ਕੇ ਦੇਖਾਂਗਾ ਡਾਕਟਰ ਨੇ ਆਪਣਾ ਸਮਾਨ ਬਰੀਫ ਕੇਸ ਚ ਪਾਇਆ ਤੇ ਪ੍ਰਵੀਨ ਤੋਂ ਵਿਦਾਇਗੀ ਮੰਗੀ ਪ੍ਰਵੀਨ ਉੱਠ ਕੇ ਉਹਨੂੰ ਬਾਹਰ ਤੱਕ ਛੱਡਣ ਆਏ ਡਾਕਟਰ ਦੇ ਜਾਣ ਪਿੱਛੋਂ ਪ੍ਰਵੀਨ ਫੇਰ ਸਾਗਰ ਦੇ ਸਾਹਮਣੇ ਬੈਠੀ ਤੇ ਤੌਲੀਆ ਸਾਗਰ ਦੇ ਮੱਥੇ ਤੇ ਚੁੱਕ ਕੇ ਦੁਬਾਰਾ ਪਾਣੀ ਚ ਭਿਉਂ ਕੇ ਉਹਦੇ ਮੱਥੇ ਤੇ ਰੱਖਣ ਲੱਗੀ ਹਨੇਰਾ ਹੋ ਚੁੱਕਿਆ ਸੀ ਜਦੋਂ ਪ੍ਰੇਮ ਹਵੇਲੀ ਪਹੁੰਚਾ ਤਦ ਉਹਨੇ ਆ ਕੇ ਸਾਗਰ ਦੀ ਹਾਲਤ ਵੇਖੀ ਹੱਕਾ ਬੱਕਾ ਰਹਿ ਗਿਆ ਉਹਨੇ ਸਵਾਲੀਆ ਨਜ਼ਰਾਂ ਨਾਲ ਪ੍ਰਵੀਨ ਵੱਲ ਵੇਖਿਆ ਭਾਵੇਂ ਪ੍ਰਵੀਨ ਨੇ ਆਪਣਾ ਮੂੰਹ ਸਾਫ਼ ਕਰ ਲਿਆ ਸੀ ਫਿਰ ਵੀ ਪ੍ਰੇਮ ਨੂੰ ਇਹ ਸਮਝਣ ਚ ਬਹੁਤੀ ਧੀਰ ਨਾਲ ਲੱਗੀ ਪ੍ਰਵੀਨ ਕੁਛ ਚਿਰ ਪਹਿਲਾਂ ਰੋਕੇ ਹਟਿਆ ਪ੍ਰੇਮ ਨੇ ਸਾਗਰ ਦੇ ਮੰਜੇ ਤੇ ਬੈਠ ਕੇ ਸਾਗਰ ਦੇ ਮੂੰਹ ਹੱਥਾਂ ਪੈਰਾਂ ਨੂੰ ਹੱਥ ਲਾ ਕੇ ਦੇਖਿਆ। ਪ੍ਰਵੀਨ ਨੇ ਪ੍ਰਵੀਨ ਪ੍ਰੇਮ ਨੂੰ ਸਭ ਕੁਝ ਦੱਸ ਦਿੱਤਾ। ਪ੍ਰਵੀਨ ਤੂੰ ਕੋਈ ਫਿਕਰ ਨਾ ਕਰੀ ਠੀਕ ਹੋ ਜਾਏਗਾ ਮੈਂ ਡਾਕਟਰ ਤੋਂ ਦੁਆ ਲੈ ਆਉਣਾ। ਨਾਲ ਹੀ ਘਰ ਬੀਜੀ ਨੂੰ ਦੱਸ ਆਵਾਂਗਾ ਕੋਈ ਫਿਕਰ ਨਾ ਕਰੇ ਤੂੰ ਰਾਤ ਇੱਥੇ ਹੀ ਰਹਿ ਲੈ। ਉਮੀਦ ਹੈ ਇਹਨੂੰ ਸਵੇਰ ਤੱਕ ਹੋਸ਼ ਆ ਜਾਏਗਾ। ਡਾਕਟਰ ਨਾਲ ਸਲਾਹ ਕਰਕੇ ਇਹਨੂੰ ਕੱਲ੍ਹ ਘਰ ਲੈ ਚੱਲਾਂਗੇ। ਪ੍ਰੇਮ ਇਹ ਕਹਿੰਦਾ ਹੋਇਆ ਉੱਠਿਆ ਮੋਟਰਸਾਈਕਲ ਲੈ ਕੇ ਚਲਾ ਗਿਆ। ਸਾਰੀ ਰਾਤ ਪ੍ਰਵੀਨ ਸਾਗਰ ਦੇ ਸਾਹਮਣੇ ਬੈਠੀ ਰਹੀ। ਪ੍ਰੇਮ ਨੇ ਭਾਵੇਂ ਬਹੁਤ ਯਤਨ ਕੀਤਾ ਵੀ ਉਹ ਕੁਝ ਚਿਰ ਲਈ ਅੱਖ ਖਲਾ ਲਵੇ ਉਦੋਂ ਤੱਕ ਪ੍ਰੇਮ ਉਹਦੀ ਦੇਖਭਾਲ ਕਰਦਾ ਰਹੇਗਾ ਪਰ ਪ੍ਰਵੀਨ ਨੇ ਇੱਕ ਨਾ ਮੰਨੀ ਉਹਦੀਆਂ ਅੱਖਾਂ 'ਚ ਤਾਂ ਨੀਂਦ ਨਾਂ ਦੀ ਕੋਈ ਛੈ ਹੀ ਨਹੀਂ ਸੀ ਸਾਰੀ ਰਾਤ ਪ੍ਰਵੀਨ ਦੇ ਦਿਮਾਗ 'ਚ ਅਨੇਕਾਂ ਖਿਆਲ ਆਏ ਅਨੇਕਾਂ ਗਏ ਸਾਗਰ ਤੇ ਉਹਦੀ ਅਣਦੇਖੀ ਮਾਂ ਤੇ ਉਹਨੂੰ ਤਰਸ ਆ ਰਿਹਾ ਸੀ ਜੇ ਉਹਨਾਂ ਜ ਸਾਗਰ ਬਿਮਾਰ ਹੋ ਜਾਂਦਾ ਤਾਂ ਸ਼ਾਇਦ ਪ੍ਰਵੀਨ ਉਸ ਵੱਲ ਕੋਈ ਖਾਸ ਧਿਆਨ ਨਾ ਦਿੰਦੀ ਹੁਣ ਤਾਂ ਸਾਗਰ ਦੀ ਇਸ ਅਵਸਥਾ ਦੀ ਕਸੂਰਵਾਰ ਉਹ ਆਪਣੇ ਆਪ ਨੂੰ ਬਣਾ ਰਹੀ ਸੀ ਕੀ ਵਗਾੜੇ ਅਸੀਂ ਇਸ ਵਿਚਾਰੇ ਨੇ ਸਾਡਾ ਜੋ ਮੇਰੀ ਇੱਕ ਭੁੱਲ ਨਾਲ ਇੱਥੋਂ ਤੱਕ ਪੁੱਜ ਗਿਆ ਕਦੇ ਉਹਨੂੰ ਗੁਰਮੀਤ ਦਾ ਖਿਆਲ ਆਉਂਦਾ ਇਹਦੇ ਕਾਰਨ ਹੀ ਗੁਰਮੀਤ ਨੇ ਉਸ ਨਾਲ ਲੜਾਈ ਕੀਤੀ ਤੇ ਇਹਨੂੰ ਮਾਰ ਦੇਣ ਤੱਕ ਦੀ ਧਮਕੀ ਦਿੱਤੀ ਸੀ ਸਵੇਰ ਸਾਰ ਜਾ ਕੇ ਕਿਤੇ ਸਾਗਰ ਨੇ ਪਾਸਾ ਪਰਤਿਆ ਉਹਦੇ ਬੁੱਲਾਂ 'ਚ ਹਿਲਜੁਲ ਹੋਈ ਜਿਸ ਨਾਲ ਪ੍ਰਵੀਨ ਦੀਆਂ ਅੱਖਾਂ ਵੀ ਚਮਕ ਉੱਠੀਆਂ ਪ੍ਰੇਮ ਨੇ ਸਾਗਰ ਨੂੰ ਜ਼ਰਾ ਹਿਲਾ ਕੇ ਬੁਲਾਉਣ ਦਾ ਯਤਨ ਕੀਤਾ ਦੋ ਤਿੰਨ ਵਾਰੀ ਬੁਲਾਉਣ ਨਾਲ ਉਹਦੇ ਬੁੱਲਾਂ 'ਚ ਹੂੰ ਦੀ ਆਵਾਜ਼ ਆਈ ਉਹਦੀਆਂ ਅੱਖਾਂ ਦੀਆਂ ਪਲਕਾਂ ਜ਼ਰਾ ਕੁ ਹਿੱਲੀਆਂ ਪ੍ਰੇਮ ਨੇ ਗਲੂਕੋਜ਼ ਦਾ ਚਮਚਾ ਉਹਦੇ ਮੂੰਹ 'ਚ ਪਾਇਆ ਜਿਹਦੇ ਅੰਦਰ ਜਾਂਦੇ ਸਾਗਰ ਕੁਝ ਬੁੱਲਾਂ 'ਚ ਬੁੜਬੜਾਏ ਜਿਹਨੂੰ ਪ੍ਰੇਮ ਨੇ ਕੰਨ ਲਾ ਕੇ ਸੁਣਨ ਦਾ ਯਤਨ ਕੀਤਾ ਮੇਰਾ ਅੰਤ ਹੁਣ ਨੇੜੇ ਆ ਗਿਆ ਮੈਨੂੰ ਉਹ ਮਾਰ ਦੇਣਗੇ ਆਸੇ ਸਾਗਰ ਜਲਦੀ ਹੋਸ਼ 'ਚ ਆ ਜਾਏਗਾ ਪ੍ਰੇਮ ਨੇ ਪਰਵੀਨ ਨੂੰ ਹੌਸਲਾ ਦਿੰਦਿਆਂ ਕਿਹਾ ਜਿਸ ਤੇ ਪਰਵੀਨ ਕੁਝ ਕੋ ਖੁਸ਼ੀ ਪ੍ਰਤੀਤ ਕਰਨ ਲੱਗੀ ਪ੍ਰੇਮ ਨੇ ਉੱਠ ਕੇ ਸਟੋਵ ਵਾਲਿਆ ਚਾਲੀ ਪਾਣੀ ਰੱਖ ਦਿੱਤਾ ਦੁਕਾਨ ਤੋਂ ਕੁਝ ਖਾਣ ਲਈ ਲੈਣ ਚਲਾ ਗਿਆ ਪ੍ਰਵੀਨ ਤੇ ਪ੍ਰੇਮ ਦੋ ਦੋ ਪੀਸ ਡਬਲ ਰੋਟੀ ਦੇ ਖਾ ਕੇ ਬੜੀ ਮੁਸ਼ਕਲ ਨਾਲ ਹਲੇ ਚਾਹ ਮੁਕਾ ਕੇ ਹਟੇ ਸੀ ਡਾਕਟਰ ਆ ਗਿਆ ਉਹਨੇ ਆਉਂਦੀਆਂ ਹੀ ਦੋਵਾਂ ਨੂੰ ਸ਼ੁਭ ਸਵੇਰ ਕਹੀ ਸਿੱਧਾ ਹੀ ਸਾਗਰ ਦੇ ਮੰਜੇ ਤੇ ਪੁੱਜ ਗਿਆ ਇੱਕਾ ਦੁੱਕਾ ਪ੍ਰਸ਼ਨ ਉਹਨੇ ਪ੍ਰੇਮ ਨੂੰ ਪੁੱਛੇ ਜਿਸ ਤੇ ਉਹਨੇ ਦੱਸਿਆ ਵੀ ਸਵੇਰ ਤੋਂ ਸਾਗਰ ਨੂੰ ਕੁਝ ਹੁਸ਼ ਆਈ ਹੈ ਕੁਝ ਇੱਕ ਸ਼ਬਦ ਉਹਨੇ ਮੂੰਹ ਚ ਬੋਲੇ ਹੈ ਅੱਖਾਂ ਵੀ ਪੁੱਟਣ ਦਾ ਯਤਨ ਕੀਤਾ ਚੰਗੀ ਤਰ੍ਹਾਂ ਦੇਖਣ ਤੋਂ ਪਿੱਛੋਂ ਡਾਕਟਰ ਨੇ ਜ਼ਰਾ ਮੁਸਕਰਾ ਕੇ ਕਿਹਾ ਉਮੀਦ ਹੈ ਹੁਣ ਖਤਰਾ ਟਲ ਗਿਆ ਹੈ ਇੱਕ ਅੱਧੇ ਘੰਟੇ ਤੱਕ ਇਹਨੂੰ ਹੋਸ਼ ਆ ਜਾਏਗੀ ਇਹਦੇ ਦਿਲ ਦੀ ਧੜਕਣ ਹੁਣ ਕਾਫੀ ਠੀਕ ਹੈ ਟੈਂਪਰੇਚਰ ਵੀ ਹੁਣ ਘਟ ਹੈ ਮੇਰਾ ਖਿਆਲ ਹੈ ਕਿ ਇੰਜੈਕਸ਼ਨ ਹੋਰ ਦੇ ਦੇ ਦਿੰਦੇ ਆ ਜਿਵੇਂ ਤੁਸੀਂ ਚੰਗਾ ਸਮਝੋ ਪ੍ਰੇਮ ਨੇ ਡਾਕਟਰ ਲਈ ਚਾਹ ਦਾ ਕੱਪ ਬਣਾਉਂਦੇ ਆ ਕਿਆ ਡਾਕਟਰ ਟੀਕਾ ਲਾਉਣ ਤੋਂ ਵਿਹਲਾ ਹੋ ਗਿਆ ਚਾਹ ਪੀਂਦਾ ਬੋਲਿਆ ਪ੍ਰੇਮ ਪਤਾ ਨਹੀਂ ਤੇਰੇ ਹੱਥਾਂ 'ਚ ਕੀ ਜਾਦੂ ਹੈ ਧਰਮਨਾਲ ਇਹੋ ਜੀ ਚਾਹ ਤੂੰ ਬਣਾਉਂਦਾ ਹੈ ਕਿ ਬਸ ਘਰ ਵਾਲੀ ਤੇ ਗੁੱਸਾ ਆਉਣ ਲੱਗ ਪੈਂਦਾ ਹੈ ਕਈ ਵਾਰੀ ਕਹਾਂ ਵਾਲੀ ਸਾਹਮਣੇ ਤੇਰੀ ਚਾਹ ਦੀ ਸਿਫਤ ਹੋ ਜਾਂਦੀ ਹੈ ਤੇ ਪਤਾ ਕੀ ਕਹਿੰਦੀ ਹੈ ਕੀ ਕਹਿੰਦੀ ਹੈ ਪ੍ਰੇਮ ਨੇ ਮੁਸਕਰਾਉਂਦੇ ਆ ਕਿ ਮੈਨੂੰ ਗਾਲਾਂ ਕੱਢਦੀ ਹੋएगी ਹੋਰ ਕੀ ਨਹੀਂ ਮੇਰੇ ਸਾਹਮਣੇ ਮੇਰੇ ਯਾਰ ਨੂੰ ਉਹ ਗਾਲ ਕੱਢ ਜਾਏ ਜੁਬਾਨ ਨਾ ਖਿੱਚ ਲਮਾਉ ਦੀ ਉਹ ਕਹਿੰਦੀ ਹੁੰਦੀ ਹੈ ਕਿ ਇੱਕ ਦਿਨ ਤੇਰੇ ਕੋਲੋਂ ਚਾਹ ਬਣਾਉਣ ਦਾ ਜ਼ਰੂਰ ਸਬਕ ਲਏਗੀ ਨਹੀਂ ਵੀ ਇਹ ਗੱਲ ਬਿਲਕੁਲ ਝੂਠੀ ਹੈ ਕਿਉਂ ਇਹੋ ਤਾਂ ਮੇਰੇ ਕੋਲ ਗੁਣ ਰਹਿ ਗਿਆ ਆਪਣਾ ਬਾਕੀ ਤਾਂ ਸਾਰੇ ਲੋਕਾਂ ਨੇ ਖੋ ਖਿੱਚ ਲਏ ਡਾਕਟਰ ਸਾਹਿਬ ਭਾਜੀ ਤਾਂ ਚਾਹ ਬਣਾਉਣ ਲੱਗੇ ਸਾਨੂੰ ਵੀ ਨਹੀਂ ਸਟੋਵ ਦੇ ਲਾਗੇ ਜਾਣ ਦਿੰਦੇ ਪ੍ਰਵੀਨ ਨੇ ਕਿਹਾ ਵੀ ਇਹ ਗੱਲ ਮਾੜੀ ਹੈ ਇਹਨੂੰ ਤੂੰ ਆਪਣੀ ਮੋਨੋਪੋਲੀ ਬਣਾ ਕੇ ਰੱਖਣਾ ਚਾਹੁੰਦਾ ਬਾਕੀ ਸਾਰਿਆਂ ਨੂੰ ਸਾਂਝੀ ਵਾਲਤਾ ਦਾ ਸਬਕ ਦਿਨਾ ਹੈ ਤੇ ਆਪਣੀ ਵਾਰ ਨੂੰ ਡਾਕਟਰ ਨੇ ਹਾਲਾਂ ਆਪਣੀ ਗੱਲ ਮੁਕਾਈ ਨਹੀਂ ਸੀ ਜਦੋਂ ਸਾਗਰ ਦੇ ਹੁੰਗਰ ਮਾਰਨ ਦੀ ਆਵਾਜ਼ ਆਈ ਤਿੰਨੇ ਜਣੇ ਉਹਦੇ ਮੰਜੇ ਉਡਾਲੇ ਹੋ ਗਏ ਪ੍ਰੇਮ ਨੇ ਸਾਗਰ ਨੂੰ ਫੇਰ ਹਿਲਾ ਕੇ ਬੁਲਾਉਣ ਦਾ ਯਤਨ ਕੀਤਾ ਜਿਸ ਤੇ ਉਹਨੇ ਹੌਲੀ-ਹੌਲੀ ਅੱਖਾਂ ਪੁੱਟਣ ਦਾ ਯਤਨ ਕੀਤਾ ਕੁਛੇਰ ਮਗਰੋਂ ਸાગਰ ਨੇ ਅੱਖਾਂ ਖੋਲੀਆਂ ਉਹ ਬਿਟ ਬਿਟ ਸਾਰਿਆਂ ਵੱਲ ਤੱਕਣ ਲੱਗਾ ਜਿਵੇਂ ਉਹਨਾਂ ਨੂੰ ਪਛਾਣਨ ਦਾ ਯਤਨ ਕਰ ਰਿਹਾ ਹੋਵੇ। ਪ੍ਰੇਮ ਨੇ ਉਹਨੂੰ ਫੇਰ ਬੁਲਾਇਆ ਜਿਸ ਤੇ ਉਹਨੇ ਹੌਂ ਚ ਉੱਤਰ ਦਿੱਤਾ। "ਸાગਰ ਦੇਖ ਮੈਂ ਆ ਪ੍ਰੇਮ ਇਹ ਪ੍ਰਵੀਨ ਇਹ ਹੈ ਡਾਕਟਰ ਤੂੰ ਪਛਾਣਿਆ ਨਹੀਂ ਸਾਨੂੰ?" ਪ੍ਰੇਮ ਨੇ ਕਿਹਾ। "ਹੂੰ ਮੈਂ ਕਿੱਥੇ ਹਾਂ?" 사ਗਰ ਜੋ ਹਾਲਾਂ ਵੀ ਉਸੇ ਤਰ੍ਹਾਂ ਤੱਕ ਰਿਹਾ ਸੀ ਹੌਲੀ ਜਿਹੀ ਬੋਲਿਆ। "ਤੂੰ ਇੱਥੇ ਆਪਣੇ ਕਮਰੇ 'ਚ ਸਾਗਰ ਤੱਕੜਾ ਉਹ ਤੂੰ ਛੇਤੀ ਠੀਕ ਹੋ ਜਾਏਂਗਾ। ਆ ਦੇਖ ਪ੍ਰਵੀਨ ਸਾਰੀ ਰਾਤ ਦੀ ਤੇਰੇ ਕੋਲ ਬੈਠੀ ਐ। ਇੱਕ ਮਿੰਟ ਵੀ ਇਹਨੇ ਅੱਖ ਨਹੀਂ ਲਾਈ।" ਪ੍ਰੇਮ ਦੀ ਇਸ ਗੱਲ ਨੂੰ ਸੁਣ ਕੇ ਸਾਗਰ ਨੇ ਆਪਣੀਆਂ ਅੱਖਾਂ ਪ੍ਰਵੀਨ ਵੱਲ ਕੀਤੀਆਂ। ਉਹਦੀਆਂ ਅੱਖਾਂ 'ਚ ਦੋ 모ਤੀਆਂ ਵਰਗੇ ਥਰੂ ਡਲਕਣ ਲੱਗੇ ਜਿਨ੍ਹਾਂ ਨੂੰ ਪ੍ਰਵੀਨ ਨੇ ਆਪਣੀ ਚੁੰਨੀ ਦੇ ਲਾੜ ਨਾਲ ਸਾਫ਼ ਕਰ ਦਿੱਤਾ। ਸਾਗਰ ਨੇ ਫੇਰ ਅੱਖਾਂ ਮੀਟ ਲਈਆਂ। ਡਾਕਟਰ ਜੋ ਹੁਣ ਤੱਕ ਉਹਦੇ ਦਿਲ ਦੀ ਧੜਕਣ ਸੁਣ ਰਿਹਾ ਸੀ ਕਹਿਣ ਲੱਗਾ, "ਪ੍ਰੇਮ ਕੋਈ ਹੁਣ ਖਤਰੇ ਵਾਲੀ ਗੱਲ ਨਹੀਂ। 2-3 ਦਿਨਾਂ 'ਚ ਸਾਗਰ ਬਿਲਕੁਲ ਠੀਕ ਹੋ ਜਾਏਗਾ।" ਡਾਕਟਰ ਨੇ ਜਾਣ ਲਈ ਆਗਿਆ ਮੰਗੀ। ਪ੍ਰੇਮ ਉਹਨੂੰ ਬਾਹਰ ਤੱਕ ਛੱਡਣ ਆ ਗਿਆ। ਬਾਰਾ ਕੇ ਪ੍ਰੇਮ ਨੇ ਡਾਕਟਰ ਨੂੰ ਪੁੱਛਿਆ ਜੇ ਉਹ ਉਹਨੂੰ ਘਰ ਲੈ ਜਾਣ ਤਾਂ ਕੋਈ ਹਰਜਤ ਨਹੀਂ ਹਾਲਾਂ ਡਾਕਟਰ ਕਹਿਣ ਹੀ ਲੱਗਾ ਸੀ ਕੋਈ ਹਰਜ ਨਹੀਂ ਜਦੋਂ ਉਹਨਾਂ ਨੂੰ ਬਾਹਰ ਫਾਟਕ ਤੇ ਆ ਕੇ ਰੁਕਦੀ ਕਾਰ ਦਿਸੀ ਇਹ ਪ੍ਰੇਮ ਦੇ ਪਿਤਾ ਦੀ ਕਾਰ ਸੀ ਡਰਾਈਵਰ ਨੇ ਉਤਰ ਕੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਗੁਰਸ਼ਰਨ ਕੌਰ ਕਾਰ ਚ ਉਤਰ ਕੇ ਕਾਲੀ ਨਾਲ 게ਟ ਦੇ ਅੰਦਰ ਆ ਗਈ ਵਰਾਂਡੇ 'ਚ ਡਾਕਟਰ ਨੂੰ ਦੇਖ ਕੇ ਚਿੰਤਾ ਨਾਲ ਪੁੱਛਿਆ ਕਾਕਾ ਕੀ ਹਾਲ ਹੈ ਮੁੰਡੇ ਦਾ ਧੰਨਵਾਦ ਚਲਦਾ